ਕਿ ਨਾ ਮੈਨੂੰ ਪਹਿਲੇ ਕਿਸੇ ਫੈਸਲੇ ਦਾ ਪਤਾ ਸੀ, ਪਹਿਲੀ ਖਬਰ ਵੀ ਮੈਨੂੰ ਮੀਡੀਆ ਰਾਹੀਂ ਮਿਲੀ ਸੀ ਅਤੇ ਦੂਜੀ ਵੀ ਮੈਨੂੰ ਮੀਡੀਆ ਰਾਹੀਂ ਮਿਲੀ ਹੈ। ਮੇਰੇ ਲਈ ਉਹ ਵੀ ਹੈਰਾਨੀ ਭਰੀ ਸੀ। ਮੈਂ ਆਪਣੇ ਡਿਸਿਪਲਿਨ ਨੂੰ ਜਾਣਦੀ ਹਾਂ, ਆਪਣੀ ਕਮਿਟਮੈਂਟ ਨੂੰ ਜਾਣਦੀ ਹਾਂ, ਅਤੇ ਮੇਰੀ ਕਮਿਟਮੈਂਟ ਲਾਈਫ ਟਾਈਮ ਹੈ, ਸੰਗਤ ਦੇ ਰਾਹੀਂ ਹੈ, ਉਹਨੂੰ ਮੇਰੀ ਇਮਾਨਦਾਰੀ ਨੂੰ ਲੋਕ ਜਾਣਦੇ ਨੇ। ਚੰਡੀਗੜ੍ਹ ਦੇ ਵਿੱਚ ਜਦੋਂ ਇਮਾਨਦਾਰੀ ਦੀ ਸਹੁੰ ਖਾਣੀ ਹੁੰਦੀ ਹੈ ਤਾਂ ਹਰ ਆਫਿਸਰ ਤੋਂ ਲੈ ਕੇ ਹਰ ਆਮ ਇਨਸਾਨ ਵੀ ਹਰਜਿੰਦਰ ਕੌਰ ਦੇ ਨਾਮ ਦੀ ਸਹੁੰ ਖਾਂਦਾ ਹੈ। ਮੈਨੂੰ ਲੱਗਦਾ ਕਿਸੇ ਨੇ ਸ਼ਰਾਰਤ ਕੀਤੀ, ਬਹੁਤ ਘਿਨੌਣੀ ਸ਼ਰਾਰਤ ਕੀਤੀ, ਜਾਂ ਪਾਰਟੀ ਨੂੰ ਡੈਮੇਜ ਕਰਨ ਲਈ, ਜਾਂ ਆਪਣੇ ਕਿਸੇ ਪਰਸਨਲ ਇੰਟਰਸਟ ਲਈ, ਇਹ ਮੇਰਾ ਕੰਮ ਨਹੀਂ ਹੈ। ਜਾਣ ਲਿਆ ਲੋਕ ਜਾਣਨਾ ਚਾਹੁੰਦੇ ਨੇ ਕਿ ਬੀਬੀ ਜੀ ਕਿਹਨਾਂ ਨੂੰ ਚਾਪਲੂਸ ਕਹਿ ਰਹੇ। ਸਰਟਨਲੀ ਮੈਂ ਕਿਸੇ ਵੀ ਵੱਡੇ ਦੇ ਉੱਪਰ ਕਦੀ ਗੱਲ ਨਹੀਂ ਕਰ ਸਕਦੀ। ਮੈਨੂੰ ਪਤਾ ਹੈ ਕਿ ਮੇਰੇ ਪਾਰਟੀ ਪ੍ਰਧਾਨ, ਪਾਰਟੀ ਦਾ ਮੇਰੇ 'ਚ ਪੂਰਾ ਵਿਸ਼ਵਾਸ ਹੈ। ਚੰਡੀਗੜ੍ਹ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਐਮ ਪੀ ਦਾ ਕੈਂਡੀਡੇਟ ਛੱਡ ਕੇ ਦੂਜੀ ਪਾਰਟੀ ਚਲਾ ਗਿਆ, ਕਿਸੇ ਨੇ ਸ਼ਰਾਰਤ ਕੀਤੀ, ਕਿਸੇ ਦਾ ਵੈਸਟਰਨ ਇੰਟਰਸਟ ਹੋਵੇ, ਔਰ ਮੈਂ ਤਾਂ ਕਦੀ ਕਿਸੇ ਦਾ ਵੈਸਟਰਨ ਇੰਟਰਸਟ ਪਲਣ ਨਹੀਂ ਦਿੰਦੀ। ਮੈਂ ਕਿਸੇ ਵੀ ਗਲਤ ਅਨਸਰ ਨੂੰ ਆਪਣੇ ਨੇੜੇ ਕਦੀ ਨਹੀਂ ਆਉਣ ਦਿੰਦੀ। ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਦੇ ਵੱਲੋਂ ਹਰਦੀਪ ਬੁਟਰੇਲਾ ਨੂੰ, ਹਰਦੀਪ ਬੁਟਰੇਲਾ 'ਤੇ ਵਿਸ਼ਵਾਸ ਜਤਾਇਆ ਗਿਆ। ਤੁਹਾਨੂੰ ਲੱਗਦਾ ਨਹੀਂ ਸੀਗਾ ਕਿ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀ, ਜਾਂ ਤੁਹਾਨੂੰ ਟਿਕਟ ਨਾ ਮਿਲਣ ਪਿੱਛੇ ਤੁਹਾਨੂੰ ਕੀ ਕਰਨ ਲੱਗਾ? ਮੇਰਾ ਇੱਕ ਸਿਸਟਮ ਹੈ ਕੰਮ ਕਰਨ ਦਾ, ਥੱਲੇ ਰਹਿ ਕੇ ਕੰਮ ਕਰਨ ਦਾ। ਸਿਰਫ ਚੋਣ ਲੜਨਾ ਮੇਰੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ। ਤੁਹਾਨੂੰ ਪੁੱਛਿਆ ਸੀ ਔਰ ਹਾਂ, ਪਰ ਦੂਜੀ ਗੱਲ ਇਹ ਵੀ ਹੈ ਕਿ ਮੈਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਂ, ਔਰ ਇਸ ਵੇਲੇ ਮੇਰਾ ਪੂਰਾ ਭਾਵ ਧਾਰਮਿਕ ਸੇਵਾ ਦਾ ਹੀ ਹੈ। ਜਿਸ ਤਰੀਕੇ ਦੇ ਨਾਲ ਕੈਂਡੀਡੇਟ ਨੂੰ ਛੱਡ ਛੱਡ ਕੇ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਬੜੀ ਸਾਰੀਆਂ ਗੱਲਾਂ ਆ ਰਹੀਆਂ ਨੇ, ਜਿਵੇਂ ਬੁਟਰੇਲਾ ਨੇ ਕਿਹਾ ਕਿ ਸਾਨੂੰ ਫੰਡ ਨਹੀਂ ਦਿੱਤਾ ਜਾ ਰਿਹਾ ਸੀ, ਅਤੇ ਇਸ ਕਰਕੇ ਮੈਂ ਪਾਰਟੀ ਛੱਡੀ, ਕਿਉਂਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਕੈਂਪੇਨ ਕਰਨਾ, ਨਾ ਸਾਨੂੰ ਪਾਰਟੀ ਸੁਣ ਨਹੀਂ ਰਹੀ ਸੀ, ਸਾਡੇ ਪਾਰਟੀ ਪ੍ਰਧਾਨ ਨੇ ਸਾਡੀ ਸੁਣੀ ਜਾ ਰਹੀ ਸੀ। ਪੰਜਾਬ ਦੇ ਵਿੱਚ ਵੀ ਕਈ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਨੇ, ਉਹ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਏ, ਕੀ ਲੱਗਦਾ? ਐਸੀ ਕੋਈ ਗੱਲ ਨਹੀਂ ਹੈ। ਪਹਿਲਾਂ ਮੈਂ ਪੰਜਾਬ ਦੀ ਗੱਲ ਕਰਾਂ ਕਿ ਕੋਈ ਅਕਾਲੀ ਦਲ ਨਹੀਂ, ਹਰ ਪਾਰਟੀ ਦੇ ਵਿੱਚ ਇੱਕ ਦੌਰ ਚੱਲਿਆ ਹੋਇਆ ਹੈ। ਪੰਜਾਬ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਬਹੁਤ ਵੱਡਾ ਵਿਕਾਸ ਹੋਇਆ, ਅਤੇ ਅੱਜ ਜਦੋਂ ਲੋਕ ਵਿਕਾਸ ਦੇ ਗ੍ਰਾਫ ਨੂੰ ਕੰਪੇਅਰ ਕਰਦੇ ਨੇ, ਉਹ ਆਪ ਹੀ ਰਿਅਲਾਈਜ਼ ਕਰ ਰਹੇ ਨੇ ਕਿ ਇੱਕ ਰੀਜਨਲ ਪਾਰਟੀ ਤੋਂ ਬਿਨਾਂ, ਅਕਾਲੀ ਦਲ ਤੋਂ ਬਿਨਾਂ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ, ਔਰ ਮੈਨੂੰ ਇਹਦੇ 'ਚ ਕੋਈ ਕਮੀ ਨਹੀਂ ਲੱਗਦੀ। ਰਵੀ ਗਰ ਸਿੰਘ ਕਾਹਲੋਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਕਿ ਪਾਰਟੀ ਛੱਡ ਛੱਡ ਕੇ ਜਾ ਰਹੇ ਨੇ, ਪਾਰਟੀ ਵੱਲੋਂ ਐਕਸ਼ਨ ਵੀ ਲਏ ਜਾ ਰਹੇ ਕਈ ਆਗੂਆਂ ਦੇ ਲਿਖਤੇ, ਹੁਣ ਪਾਰਟੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ, ਹੁਣ ਪਾਰਟੀ ਤੋਂ ਰਵੀ ਗਰ ਸਿੰਘ ਕਾਹਲੋਂ ਨੂੰ ਵੀ ਕੱਢ ਦਿੱਤਾ ਗਿਆ, ਐਕਸਪੈਲ ਕੀਤਾ ਗਿਆ, ਅਤੇ ਇਹ ਕਿਹਾ ਗਿਆ ਕਿ ਸਬੋਟੇਜ ਕੀਤਾ ਗਿਆ ਪਾਰਟੀ ਨੂੰ, ਫਿਰ 'ਚ ਛੁਰਾ ਮਾਰਿਆ ਗਿਆ, ਅਤੇ ਨਾਲ ਅਨੁਸ਼ਾਸਨਹੀਨਤਾ, ਖਾਸ ਕਰਕੇ ਜੋ ਇੱਕ ਪੋਸਟ ਪਾ ਕੇ ਦੱਸਿਆ ਗਿਆ ਕਿ ਇਸ ਕਰਕੇ ਇਹ ਕਾਰਨ ਰਿਹਾ ਜੋ ਪਾਰਟੀ ਤੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਮੈਨੂੰ ਇਸ ਇਸ਼ੂ ਦੇ ਬਾਰੇ ਨਹੀਂ ਪਤਾ। ਸਤਿ ਸ਼੍ਰੀ ਅਕਾਲ। ਕਰੀਬ 9 ਦਿਨ ਪਹਿਲਾਂ ਅਕਾਲੀ ਦਲ ਦੇ ਵੱਲੋਂ ਬੀਬੀ ਹਰਜਿੰਦਰ ਕੌਰ ਜੀ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਅਤੇ ਕੁਝ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਐਂਟੀ ਪਾਰਟੀ ਐਕਟੀਵਿਟੀਜ਼ ਦੇ ਕਾਰਨ ਅਕਾਲੀ ਦਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ, ਪਰ 9 ਦਿਨਾਂ ਬਾਅਦ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ, ਅਤੇ ਨਾਲ ਦੀ ਨਾਲ ਹੀ ਅਕਾਲੀ ਦਲ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਬੀਬੀ ਜੀ ਪਾਰਟੀ ਦੇ ਪ੍ਰਤੀ ਵਫ਼ਾਦਾਰ ਨੇ, ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਵਿੱਚ ਜੋ ਕਿ ਪਾਰਟੀ ਦੇ ਅਗੇਂਸਟ ਜਾਂਦੀ ਹੋਵੇ, ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਵੀ ਭਾਗ ਨਹੀਂ ਲਿਆ ਗਿਆ। ਸੋ ਇਸ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਬੀ ਹਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਕਰਨਾ। ਸਭ ਤੋਂ ਪਹਿਲਾਂ ਤਾਂ ਮੈਂ ਹੀ ਇੱਕ ਸਵਾਲ ਸ਼ੁਰੂਆਤ ਇੱਥੇ ਹੀ ਕਰਦੇ ਹਾਂ, ਕਿਉਂਕਿ 9 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ, ਕਿਉਂਕਿ ਤੁਸੀਂ ਕਿਹਾ ਸੀ, ਤੁਹਾਡੀ ਗੱਲ ਵੀ ਹੋਈ ਸੀ ਮੇਰੇ ਨਾਲ, ਅਤੇ ਤੁਸੀਂ ਇਹ ਕਿਹਾ ਸੀ ਕਿ ਮੈਨੂੰ ਨਹੀਂ ਪਤਾ, ਮੈਨੂੰ ਤਾਂ ਖਬਰਾਂ ਤੋਂ ਪਤਾ ਲੱਗ ਰਿਹਾ ਕਿ ਮੈਨੂੰ ਐਕਸਪੈਲ ਕਰ ਦਿੱਤਾ ਗਿਆ, ਪਰ ਅੱਜ ਇਹ ਡਿਸੀਜ਼ਨ 9 ਦਿਨਾਂ ਬਾਅਦ ਡਿਸੀਜ਼ਨ ਵਾਪਸ ਹੋ ਗਿਆ, ਸਭ ਤੋਂ ਪਹਿਲਾਂ ਰਿਐਕਸ਼ਨ ਇਸ ਡਿਸੀਜ਼ਨ ਤੁਹਾਡਾ ਕੀ ਹੈ? ਮੈਂ ਆਪਣੀ ਗੱਲ ਜੋ ਪਹਿਲਾਂ ਕੀ ਸੀ ਫਿਰ ਦੁਹਰਾਉਂਦੀ ਹਾਂ ਕਿ ਨਾ ਮੈਨੂੰ ਪਹਿਲੇ ਕਿਸੇ ਫੈਸਲੇ ਦਾ ਪਤਾ ਸੀ, ਪਹਿਲੀ ਖਬਰ ਵੀ ਮੈਨੂੰ ਮੀਡੀਆ ਰਾਹੀਂ ਮਿਲੀ ਸੀ, ਅਤੇ ਦੂਜੀ ਵੀ ਮੈਨੂੰ ਮੀਡੀਆ ਰਾਹੀਂ ਮਿਲੀ ਹੈ, ਔਰ ਮੇਰੇ ਲਈ ਉਹ ਵੀ ਹੈਰਾਨੀ ਭਰੀ ਸੀ, ਕਿਉਂਕਿ ਮੈਂ ਆਪਣੇ ਡਿਸਿਪਲਿਨ ਨੂੰ ਜਾਣਦੀ ਹਾਂ, ਆਪਣੀ ਕਮਿਟਮੈਂਟ ਨੂੰ ਜਾਣਦੀ ਹਾਂ, ਅਤੇ ਮੇਰੀ ਕਮਿਟਮੈਂਟ ਲਾਈਫ ਟਾਈਮ ਹੈ, ਸੰਗਤ ਦੇ ਰਾਹੀਂ ਹੈ, ਔਰ
ਉਹਨੂੰ ਮੇਰੀ ਇਮਾਨਦਾਰੀ ਨੂੰ ਲੋਕ ਜਾਣਦੇ ਨੇ। ਚੰਡੀਗੜ੍ਹ ਦੇ ਵਿੱਚ ਜਦੋਂ ਇਮਾਨਦਾਰੀ ਦੀ ਸਹੁੰ ਖਾਣੀ ਹੁੰਦੀ ਹੈ ਤੇ ਹਰ ਆਫਿਸਰ ਤੋਂ ਲੈ ਕੇ ਹਰ ਆਮ ਇਨਸਾਨ ਵੀ ਹਰਜਿੰਦਰ ਕੌਰ ਦੇ ਨਾਮ ਦੀ ਸਹੁੰ ਖਾਂਦਾ ਹੈ। ਸੋ ਮੈਨੂੰ ਲੱਗਦਾ ਕਿਸੇ ਨੇ ਸ਼ਰਾਰਤ ਕੀਤੀ, ਬਹੁਤ ਘਿਨੌਣੀ ਸ਼ਰਾਰਤ ਕੀਤੀ ਜਾਂ ਪਾਰਟੀ ਨੂੰ ਡੈਮੇਜ ਕਰਨ ਲਈ ਜਾਂ ਆਪਣੇ ਕਿਸੇ ਪਰਸਨਲ ਇੰਟਰਸਟ ਲਈ, ਇਹ ਮੇਰਾ ਕੰਮ ਨਹੀਂ ਹੈ ਜਾਣਨਾ। ਸੋ ਮੈਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੀ ਜ਼ਿਆਦਾ, ਕਿਉਂਕਿ ਉਸ ਟਾਈਮ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀਗਾ ਕਿ ਕੁਛ ਚਾਪਲੂਸ ਲੋਕ ਨੇ ਜਿਨ੍ਹਾਂ ਤੋਂ ਪਾਰਟੀ ਪ੍ਰਧਾਨ ਨੂੰ ਬਚਣ ਦੀ ਲੋੜ ਹੈ, ਤੇ ਮਤਲਬ ਲੋਕ ਜਾਣਨਾ ਚਾਹੁੰਦੇ ਨੇ ਕਿ ਬੀਬੀ ਜੀ ਕਿਹਨਾਂ ਨੂੰ ਚਾਪਲੂਸ ਕਹਿ ਰਹੇ ਨੇ। ਸਰਟਨਲੀ ਮੈਂ ਕਿਸੇ ਵੀ ਵੱਡੇ ਦੇ ਉੱਪਰ ਕਦੀ ਗੱਲ ਨਹੀਂ ਕਰ ਸਕਦੀ, ਅਦਬ ਵਿੱਚ ਰਹਿਣਾ ਮੈਨੂੰ ਘਰ ਸਿੱਖ ਤੋਂ ਸਿਖਾਇਆ ਗਿਆ ਹੈ। ਬਟ ਸਰਟਨਲੀ ਜੇ ਕਿਸੇ ਦੀ ਗੱਲ ਮੰਨੀ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕੋਈ ਪ੍ਰਭਾਵਸ਼ਾਲੀ ਇਨਸਾਨ ਹੀ ਹੋ ਸਕਦਾ, ਔਰ ਵਿੱਚ ਡਿਸਿਪਲਿਨ ਵੀ ਨਹੀਂ ਕੋਈ ਅਡੋਪਟ ਹੋਇਆ ਸੀਗਾ, ਤੇ ਚਲੋ ਮੈਂ ਉਹਦੇ ਬਾਰੇ ਕੀ ਗੱਲ ਕਰਨੀ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਪਾਰਟੀ ਪ੍ਰਧਾਨ, ਪਾਰਟੀ ਦਾ ਮੇਰੇ 'ਚ ਪੂਰਾ ਵਿਸ਼ਵਾਸ ਹੈ। ਜਾਂ ਹੋ ਸਕਦਾ ਹੈ ਕਿ ਚੰਡੀਗੜ੍ਹ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਮ ਪੀ ਦਾ ਕੈਂਡੀਡੇਟ ਛੱਡ ਕੇ ਦੂਜੀ ਪਾਰਟੀ ਚਲੇ ਗਿਆ, ਕਿਸੇ ਨੇ ਸ਼ਰਾਰਤ ਕੀਤੀ, ਕਿਸੇ ਦਾ ਵੈਸਟਡ ਇੰਟਰਸਟ ਹੋਵੇ, ਔਰ ਮੈਂ ਤਾਂ ਕਦੀ ਕਿਸੇ ਦਾ ਵੈਸਟਡ ਇੰਟਰਸਟ ਪਲਣ ਨਹੀਂ ਦਿੰਦੀ, ਮੈਂ ਕਿਸੇ ਵੀ ਗਲਤ ਅੰਸਰ ਨੂੰ ਆਪਣੇ ਨੇੜੇ ਕਦੀ ਨਹੀਂ ਆਉਣ ਦਿੰਦੀ, ਤੇ ਨਾ ਹੀ ਕਹੋ ਕਿ ਮੈਂ ਪਾਰਟੀ ਦੇ ਵਿੱਚ ਕੁਛ ਕਰਨ ਦਿਆਂਗੀ। ਹੋ ਸਕਦਾ ਕੁਛ ਅੰਸਰ ਚਾਹੁੰਦੇ ਹੋਣ ਕਿ ਅਸੀਂ ਬਿਲਕੁਲ ਮੈਦਾਨ ਸਾਫ਼ ਕਰੀਏ ਤੇ ਆਪਣੀਆਂ ਜੋ ਅੱਜ ਦੇ ਸਮੇਂ 'ਚ ਰਾਜਨੀਤੀ ਵਿੱਚ ਗੰਦਲਾਪਨ ਹੋ ਰਿਹਾ ਰੋਟੀਆਂ ਸੇਕੀਏ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਮੈਂ ਇਸ ਵਿੱਚ ਪਈ ਨਹੀਂ ਕਿਉਂਕਿ ਮੇਰਾ ਜ਼ਿੰਦਗੀ ਬੜੀ ਮੀਨਿੰਗਫੁੱਲ ਤਰੀਕੇ ਨਾਲ ਗੁਜ਼ਾਰ ਰਹੀ ਹਾਂ, ਮੈਂ ਸੇਵਾ ਦੇ ਕੰਮਾਂ 'ਚ ਲੱਗੀ ਹੋਈ ਹਾਂ ਤੇ ਮੈਂ ਇਹੋ ਜਿਹੀਆਂ ਫਜ਼ੂਲ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ। ਕਿਉਂਕਿ ਜਦੋਂ ਇਹ ਗੱਲ ਹੋਈ ਸੀ ਜੋ ਸਾਹਮਣੇ ਆਈ ਸੀ ਗੱਲ ਕਿ ਐਕਸਪੈਲ ਕੀਤਾ ਗਿਆ ਪਾਰਟੀ ਤੋਂ ਕਿਉਂਕਿ ਐਂਟੀ ਪਾਰਟੀ ਐਕਟੀਵਿਟੀਜ਼ ਦੀ ਗੱਲ ਕਹੀ ਗਈ ਸੀਗੀ, ਫਿਰ ਉਸ ਤੋਂ ਬਾਅਦ ਤੁਸੀਂ ਵੀ ਇਹ ਠੋਕ ਕੇ ਕਿਹਾ ਸੀ ਕਿ ਮੈਂ ਲੋਇਲ ਹਾਂ, ਮੈਂ ਅਕਾਲੀ ਹਾਂ ਅਤੇ ਮੈਂ ਅਕਾਲੀ ਰਵਾਂਗੀ, ਅਤੇ ਜੋ ਭੁੰਦਰ ਸਾਹਿਬ ਨੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਹੈ, ਉਹਨਾਂ ਦੇ ਵੱਲੋਂ ਜੋ ਸਟੇਟਮੈਂਟ ਆਈ ਕਿ ਨਹੀਂ ਕਿ ਬੀਬੀ ਜੀ ਲੋਇਲ ਨੇ, ਉਹ ਪਾਰਟੀ ਦੇ ਪ੍ਰਤੀ ਪੂਰੇ ਵਫ਼ਾਦਾਰ ਨੇ ਅਤੇ ਪਾਰਟੀ ਦੇ ਨਾਲ ਹੀ ਕੰਮ ਕਰ ਰਹੇ ਨੇ। ਹਾਂ, ਇਹ ਮੈਨੂੰ ਇੱਕ ਗੱਲ ਦੀ ਸ਼ੁਕਰ ਕਰਦੀ ਹਾਂ ਅਤੇ ਬਹੁਤ ਮੈਂ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੋਈ ਹੈ ਕਿ ਮੇਰੇ ਬਹੁਤ ਸੀਨੀਅਰ ਲੀਡਰਸ ਨੇ, ਮੇਰੀਆਂ ਬਹੁਤ ਸਾਰੀਆਂ ਇਸੇ ਅਕਾਲੀ ਦਲ ਦੀਆਂ ਭੈਣਾਂ ਨੇ ਵੀ ਮੈਨੂੰ ਸੰਗਤ ਵਿੱਚੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਫੋਨ ਵੀ ਆਏ, ਉਹਨਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ, ਅੱਜ ਉਹਨਾਂ ਨੇ ਖੁਸ਼ੀ ਵੀ ਮਨਾਈ, ਔਰ ਸਭ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਸੱਚਾਈ ਦੀ ਅਸੀਂ ਮਿਸਾਲ ਦਿੰਦੇ ਹਾਂ, ਔਰ ਉਹਨਾਂ ਨੇ ਹੀ ਮੈਨੂੰ ਲੱਗਦਾ ਕਿ ਮੇਰਾ ਪੱਖ ਵੀ ਰੱਖਿਆ ਸ਼ਾਇਦ, ਪਰ ਮੈਂ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਇੰਨੀ ਵੱਡੀ ਗਿਣਤੀ ਵਿੱਚ ਸਭ ਵਿੱਚ ਮੇਰਾ ਸਭ ਦਾ ਮੇਰੇ ਵਿੱਚ ਵਿਸ਼ਵਾਸ ਹੈ। ਪਰ ਮੈਂ ਤਾਂ ਆਪਣੇ ਗੁਰੂ ਨੂੰ ਸਮਰਪਿਤ ਹਾਂ, ਮੈਂ ਆਪਣੇ ਪੰਥ ਨੂੰ ਸਮਰਪਿਤ ਹਾਂ, ਤੇ ਮੈਂ ਪਾਰਟੀ ਦੇ ਡਿਸਿਪਲਿਨ 'ਚ ਹੀ ਕੰਮ ਕੀਤਾ ਹਮੇਸ਼ਾ ਕਰਨਾ। ਅਕਾਲੀ ਦਲ ਦੀ ਜਿਹੜੀ ਚੰਡੀਗੜ੍ਹ ਦੀ ਪੂਰੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਪਰ ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਹੁਣ ਇੱਥੇ ਅਕਾਲੀ ਵਰਕਰਸ ਰਹਿ ਗਏ ਨੇ, ਕਿਉਂਕਿ ਹੁਣ ਲੀਡਰਸ਼ਿਪ ਨਹੀਂ ਹੈ, ਉਹਨਾਂ ਨੂੰ ਕੋਈ ਲੀਡ ਕਰਨ ਵਾਲਾ ਇੱਥੇ ਨਹੀਂ ਹੈ, ਹੁਣ ਰਾਜਧਾਨੀ ਹੈ ਪੰਜਾਬ ਦੀ ਇਹ, ਤੇ ਕੀ ਲੱਗਦਾ ਹੈ ਕਿ ਹੁਣ ਉਹ ਜਿਹੜੇ ਵਰਕਰਸ ਨੇ ਹੁਣ ਆਪਣੀ ਗੱਲ ਉਹ ਕਿੱਥੇ ਰੱਖਣਗੇ, ਕਿਵੇਂ ਰੱਖਣਗੇ? ਨਹੀਂ, ਇਹ ਇੱਕ ਬਹੁਤ ਵਕਤੀ ਜਿਹਾ ਦੌਰ ਹੁੰਦਾ, ਇਹ ਤਾਂ ਬਹੁਤ ਮਨਭਾਗੀ ਗੱਲ ਹੈ। ਪਹਿਲੀ ਗੱਲ ਤੇ ਮੈਂ ਤੁਹਾਨੂੰ ਸਪਸ਼ਟ ਕਰਦਾ ਕਿ ਕੋਈ ਯੂਨਿਟ ਕਿਤੇ ਨਹੀਂ ਗਿਆ, ਉਹ ਇੱਕ ਇੰਡੀਵਿਜੁਅਲ ਹੀ ਗਿਆ, ਔਰ ਉਹ ਵੀ ਕਿਸੇ ਆਪਣੇ ਲਾਲਚ 'ਚ ਗਿਆ, ਕਿਵੇਂ ਗਿਆ ਮੈਂ ਨਹੀਂ ਕੁਛ ਕਹਿ ਸਕਦੀ, ਪਰ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਪਛਾਣ ਪਾਰਟੀ ਵੱਲੋਂ ਹੋਈ ਹੈ, ਪਾਰਟੀ ਨੇ ਉਹਨਾਂ ਨੂੰ ਬਹੁਤ ਕੁਛ ਦੇ ਕੇ ਨਿਵਾਜ਼ਿਆ। ਮੈਨੂੰ ਤੇ ਅੱਜ ਤੱਕ ਇਹ ਸਮਝ ਨਹੀਂ ਆਏ ਕਿ ਅਸੀਂ ਕਹਿੰਦੇ ਹਾਂ ਕੋਈ ਪਾਣੀ ਦਾ ਗਲਾਸ ਪਾ ਦੇ ਪਿਲਾ ਦੇ ਤੇ ਉਹਦਾ ਵੀ ਮੁੱਲ ਕਿਵੇਂ ਮੋੜੀਏ, ਪਰ ਅੱਜ ਇੱਕ ਗੰਦਾ ਜਿਹਾ ਕਲਚਰ ਚੱਲ ਗਿਆ ਕਿ ਛਲਾਂਗ ਮਾਰ ਕੇ ਇਸ ਪਾਰਟੀ 'ਚ ਉੱਧਰ ਇੱਧਰ ਉੱਧਰ, ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕ ਕਿੱਦਾਂ ਇਹਨਾਂ ਲੋਕਾਂ 'ਤੇ ਵਿਸ਼ਵਾਸ ਕਰ ਸਕਦੇ ਆ। ਜਦੋਂ ਤੁਸੀਂ ਇੱਕ ਵਿਚਾਰਧਾਰਾ ਨਾਲ ਜੁੜੇ ਆ, ਇੱਕ ਸਿੰਬਲ ਨਾਲ ਜੁੜੇ ਆ, ਤੁਹਾਨੂੰ ਉੱਥੋਂ ਮੈਂਡੇਟ ਮਿਲਦਾ ਹੈ, ਲੋਕਾਂ ਨੇ ਤੁਹਾਨੂੰ ਜੇ ਕੁਛ ਬਣਾਇਆ ਤੇ ਉਹ ਇੱਕ ਵਿਚਾਰਧਾਰਾ ਨੂੰ ਬਣਾਇਆ, ਉਸ ਪਾਰਟੀ ਕਰਕੇ ਬਣਾਇਆ। ਅੱਜ ਜੇ ਤੁਸੀਂ ਉੱਥੋਂ ਉੱਠਦੇ ਹੋ ਤਾਂ ਮਤਲਬ ਤੁਸੀਂ ਉਹਨਾਂ ਲੋਕਾਂ ਦਾ ਸਭ ਦਾ ਵਿਸ਼ਵਾਸ ਗੁਆ ਦਿੱਤਾ ਨਾ, ਤੇ ਜਦੋਂ ਤੁਸੀਂ ਲੋਕਾਂ ਦਾ ਵਿਸ਼ਵਾਸ ਗੁਆ ਦਿੱਤਾ
ਫਿਰ ਤੁਹਾਡੇ ਪੱਲੇ ਕੀ ਰਹਿ ਜਾਂਦਾ? ਉਹਨਾਂ ਉਸ ਬੰਦੇ ਤੇ ਕਦੇ ਵੀ ਕੋਈ ਭਰੋਸਾ ਨਹੀਂ ਕਰਿਆ। ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਇੱਕ ਬਹੁਤ ਵੱਡੀ ਮੂਵਮੈਂਟ ਖੜੀ ਕਰਨ ਦੀ ਲੋੜ ਹੈ, ਇਹਦੇ ਲਈ ਲਾਅ ਵੀ ਬਣਨ ਦੀ ਲੋੜ ਹੈ ਕਿ ਪਾਰਟੀ ਜਦੋਂ ਕੋਈ ਲੋਕ ਇੱਦਾਂ ਛੱਡ ਕੇ ਜਾਂਦੇ ਆ ਤਾਂ ਉਹਨਾਂ ਨੂੰ ਇਸ ਗੱਲ ਦਾ ਖਮਿਆਜ਼ਾ ਵੀ ਭੁਗਤਣਾ ਚਾਹੀਦਾ। ਦੂਜੀ ਤੁਸੀਂ ਗੱਲ ਕਹੀ ਨਹੀਂ ਪਾਰਟੀ ਦੇ ਵਿੱਚ ਜਿਨ੍ਹਾਂ ਦੀ ਸੀਨੀਅਰ ਡਿਊਟੀ ਲੱਗੀ ਸੀ ਅਕਾਲੀ ਦਲ ਦੇ ਦਫ਼ਤਰ ਵਿੱਚ, ਉਹ ਮੀਡੀਆ ਪਰਸਨ ਸਪੋਕਸ ਪਰਸਨ ਹੈ ਬੱਚਾ ਕਲੇਅਰ, ਉਹ ਪਾਰਟੀ ਦੇ ਸਾਰੇ ਲੋਕਾਂ ਨੂੰ ਮਿਲਦੇ ਨੇ। ਚੰਡੀਗੜ੍ਹ ਵਿੱਚ ਮੈਂ ਬੈਠੀ ਹਾਂ, ਸਦਾ ਲਈ ਬੈਠੀ ਹਾਂ, ਹਮੇਸ਼ਾ ਹੀ ਅਸੀਂ ਮਾਸਿਸ ਦੇ ਵਿੱਚ ਲੋਕਾਂ ਦੇ ਕੰਮ ਕਰੀਦੇ ਨੇ, ਅੱਜ ਤੱਕ ਕੋਈ ਐਸੀ ਗੱਲ ਨਹੀਂ ਹੈ। ਚੰਡੀਗੜ੍ਹ ਵਿੱਚ ਮੈਂ 7 ਜਿੱਤਾਂ ਲਈਆਂ ਨੇ, ਕੋਈ ਛੋਟੀ ਗੱਲ ਨਹੀਂ ਹੈ। 4 ਵਾਰੀ ਮੈਂ ਕਾਉਂਸਲਰ ਬਣੀ ਹਾਂ, 2 ਵਾਰ ਮੈਂ ਮੇਅਰ ਬਣੀ ਹਾਂ, ਔਰ ਉਹ ਇੱਕ ਮਿਰੇਕਲ ਤੋਂ ਘੱਟ ਗੱਲ ਹੈ ਹੀ ਨਹੀਂ ਹੈ। ਫਿਰ ਮੇਅਰ ਬਣ ਕੇ ਵੀ ਮੈਂ ਵਰਲਡ ਕਾਂਗਰਸ ਆਫ ਲੋਕਲ ਬੋਡੀ ਦੇ ਵਿੱਚ ਆਪਣੇ ਦੇਸ਼ ਨੂੰ ਰੈਪ੍ਰੈਜੈਂਟ ਕੀਤਾ, ਸਾਊਥ ਕੋਰੀਆ 'ਚ ਜਾ ਕੇ ਅਕਾਲੀ ਦਲ ਦੀ ਮੇਅਰ ਹੁੰਦਿਆਂ ਮੈਨੂੰ ਇੰਨੇ ਵੱਡੇ ਵੱਡੇ ਮਾਣ ਮਿਲੇ ਨੇ। ਔਰ ਮੈਂ ਮਾਣ ਨਾਲ ਕਹਾਂਗੀ ਕਿ ਟੌਪ ਗਵਰਨਰ ਟੂ ਬੋਟਮ ਲੈਵਲ ਤੱਕ, ਅੱਜ ਵੀ ਤੁਸੀਂ ਕਿਸੇ ਨਾਲ ਜਾ ਕੇ ਕੰਮ ਦੀ ਗੱਲ ਕਰੋ, ਹਰ ਇੱਕ ਨੇ ਕਹਿਣਾ ਕਿ ਜਦੋਂ ਬੀਬੀ ਹਰਜਿੰਦਰ ਕੌਰ ਜੀ ਕੋਈ ਕੰਮ ਲੈ ਕੇ ਆਉਣਗੇ ਉਹ ਜੈਨੂਇਨ ਕੰਮ ਹੀ ਹੋਏਗਾ, ਔਰ ਕਦੇ ਕਿਸੇ ਕੰਮ 'ਚ ਕੋਈ ਰੋਕ ਨਹੀਂ ਆਈ, ਐਸੀ ਕੋਈ ਦਿੱਕਤ ਹੀ ਨਹੀਂ ਹੈ। ਮੈਂ ਕਹਾਂਗੀ 4 ਦਿਨ ਇਲੈਕਸ਼ਨ ਸਭ ਬਿਜ਼ੀ ਨੇ, ਇੱਕ ਜਾਏ ਤੇ ਪ੍ਰਧਾਨ ਬਣਨ ਲਈ ਤੇ 50 ਤਿਆਰ ਹੁੰਦੇ ਆ। ਪਾਰਟੀ ਨੇ ਬਲਕਿ ਸੋਚਣਾ ਹੁੰਦਾ ਕਿ ਕਿਸ ਜ਼ਿੰਮੇਵਾਰ ਸ਼ਖਸੀਅਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ, ਤੇ ਮੈਨੂੰ ਨਹੀਂ ਲੱਗਦਾ ਐਸੀ ਕੋਈ ਕ੍ਰਾਈਸਿਸ ਵਾਲੀ ਗੱਲ ਨਹੀਂ ਹੈ। ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਦੇ ਵੱਲੋਂ ਹਰਦੀਪ ਬੁਟਰੇਲਾ ਨੂੰ, ਹਰਦੀਪ ਬੁਟਰੇਲ ਤੇ ਵਿਸ਼ਵਾਸ ਜਤਾਇਆ ਗਿਆ, ਟਿਕਟ ਦਿੱਤੀ ਗਈ, ਹਾਲਾਂਕਿ ਟਿਕਟ ਉਹਨਾਂ ਉਹ ਚਲੇ ਗਏ ਛੱਡ ਕੇ ਸਾਰਾ ਕੁਛ ਆਮ ਆਦਮੀ ਪਾਰਟੀ ਦੇ ਵਿੱਚ। ਤੁਸੀਂ ਕਿਹਾ 2 ਵਾਰ ਤੁਸੀਂ ਵੀ ਮੇਅਰ ਰਹਿ ਚੁੱਕੇ ਚੰਡੀਗੜ੍ਹ ਦੇ, ਤੁਹਾਨੂੰ ਵੱਡੀ ਜ਼ਿੰਮੇਵਾਰੀਆਂ ਮਿਲੀਆਂ, ਤੁਸੀਂ ਬਹੁਤ ਜਗ੍ਹਾ ਤੇ ਨਾ ਸਿਰਫ ਪਾਰਟੀ ਦੀ ਬਲਕਿ ਦੇਸ਼ ਦੀ ਨੁਮਾਇੰਦਗੀ ਵੀ ਕੀਤੀ ਹੈ। ਤੁਹਾਨੂੰ ਲੱਗਦਾ ਨਹੀਂ ਸੀਗਾ ਕਿ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀ, ਜਾਂ ਤੁਹਾਨੂੰ ਟਿਕਟ ਨਾ ਮਿਲਣ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ? ਨਹੀਂ, ਮੈਂ ਜੇ ਤੁਹਾਨੂੰ ਸੱਚ ਬੋਲਾਂ ਤੇ ਪਾਰਟੀ ਨੇ ਮੇਰੇ ਨਾਲ, ਜਿਸ ਦਿਨ ਮੈਂ ਅਕਾਲੀ ਦਲ ਦਫ਼ਤਰ 'ਚ ਗਈਆਂ ਜਾਂਦੇ ਸਰ, ਬਾਹਰੋਂ ਬਾਹਰ ਹੀ ਪਹਿਲਾ ਸਵਾਲ ਹੀ ਮੈਨੂੰ ਸੀਨੀਅਰ ਲੀਡਰਸ਼ਿਪ ਨੇ ਕੀਤਾ, ਪਰ ਮੈਂ ਕੁਛ ਐਸਾ ਸੋਚਿਆ ਨਹੀਂ ਸੀ। ਮੇਰਾ ਇੱਕ ਸਿਸਟਮ ਹੈ ਕੰਮ ਕਰਨ ਦਾ, ਥੱਲੇ ਰਹਿ ਕੇ ਕੰਮ ਕਰਨ ਦਾ, ਸਿਰਫ ਚੋਣ ਲੜਨਾ ਮੇਰੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ ਹੈ। ਔਰ ਹਾਂ, ਪਰ ਦੂਜੀ ਗੱਲ ਇਹ ਵੀ ਹੈ ਕਿ ਮੈਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਂ, ਔਰ ਇਸ ਵੇਲੇ ਮੇਰਾ ਪੂਰਾ ਭਾਵ ਧਾਰਮਿਕ ਸੇਵਾ ਦਾ ਹੀ ਹੈ, ਧਾਰਮਿਕ ਸਮਾਜਿਕ ਐਜੂਕੇਸ਼ਨ ਦੇ ਖੇਤਰ ਦੀ ਸੇਵਾ ਮੈਂ ਕਰ ਰਹੀ ਹਾਂ, ਉਹ ਮੈਂ ਗਲੋਬਲ ਲੈਵਲ ਤੇ ਵੀ ਕਰਨੀ ਹੈ। ਗਲੋਬਲ ਲੈਵਲ ਤੇ ਮੈਂ ਇੱਕ ਪ੍ਰਚਾਰਕ ਹਾਂ, ਪੰਥ ਪ੍ਰਚਾਰਕ ਹਾਂ, ਉਹ ਮੈਂ ਸਾਰੀਆਂ ਸੇਵਾਵਾਂ ਆਪਣੇ ਆਖਰੀ ਸਾਹ ਤੱਕ ਕਰਨੀਆਂ ਨੇ, ਤੇ ਸਿਰਫ ਚੋਣਾਂ ਲੜਨਾ ਮੇਰਾ ਲਾਈਫ ਦਾ ਕੋਈ ਉਦੇਸ਼ ਨਹੀਂ ਹੈ। ਪਰ ਮੈਂ ਸਮਝਦੀ ਹਾਂ MP ਦੀ ਚੋਣ ਜਿਹਨੇ ਵੀ ਲੜਨੀ ਹੋਵੇ ਉਹਨੂੰ ਪੂਰੀ ਤਿਆਰੀ ਨਾਲ ਲੜਨੀ ਚਾਹੀਦੀ ਹੈ, ਪਹਿਲਾਂ ਆਪਣੀ ਵਿਚਾਰਧਾਰਾ ਬਣਾ ਕੇ, ਪਹਿਲਾਂ ਲੋਕਾਂ 'ਚ ਆਧਾਰ ਬਣਾ ਕੇ। ਜਦੋਂ ਮੈਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਹੈ ਤੇ ਸਭ ਨੂੰ ਪਤਾ ਹੈ, ਬਾਕੀ ਲੋਕਾਂ ਨੂੰ ਤਾਂ ਟਿਕਟਾਂ ਪਾਰਟੀ ਨੇ ਦਿੱਤੀਆਂ ਨੇ, ਮੈਂ ਚੰਡੀਗੜ੍ਹ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬਾਂ ਨੂੰ ਵਾਰ ਵਾਰ ਬੇਨਤੀ ਕਰਕੇ ਕਿ ਆਪਣਾ ਇੱਕ ਤੁਸੀਂ ਯੂਨੈਨਿਮਿਟੀ ਨਾਲ ਇੱਕ ਫੈਸਲਾ ਲੈ ਕੇ ਇੱਕ ਕੈਂਡੀਡੇਟ ਲੈ ਕੇ ਆਓ, ਮੈਂ ਉਹਨਾਂ ਨੂੰ ਕਿਹਾ। ਔਰ ਮੈਂ ਯੂਨੈਨਿਮਿਟੀ ਦੀ ਕੈਂਡੀਡੇਟ ਬਣ ਕੇ, ਤੁਸੀਂ ਦੇਖੋ ਮੈਂ ਲੋਕਾਂ ਦੇ ਵਿੱਚ ਡੈਮੋਕ੍ਰੇਸੀ ਨੂੰ ਪੂਰਾ ਡੈਮੋਕ੍ਰੈਟਿਕ ਵੈਲਿਊਜ਼ ਦੇ ਰਾਹੀਂ ਸਿਲੈਕਸ਼ਨ ਨੂੰ ਅਡੋਪਟ ਕਰਕੇ ਮੈਂ ਇਲੈਕਸ਼ਨ ਦੇ ਦੌਰ ਵਿੱਚ ਆਈ ਹਾਂ। ਸੋ ਮੇਰੀ ਲਾਈਫ ਦਾ ਡਿਸਿਪਲਿਨ ਡਿਫਰੈਂਟ ਹੈ, ਮੈਂ ਇਸ ਦੌੜ 'ਚ ਇੱਦਾਂ ਨਹੀਂ ਹਾਂ, ਔਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਪਛਾਣ ਦੀ ਮੁਤਾਜਗੀ ਹੈ। ਹਰ ਲੈਵਲ ਤੇ ਬਹੁਤ ਸਤਿਕਾਰ, ਬਹੁਤ ਪਿਆਰ ਮਿਲਿਆ ਹੋਇਆ ਤੇ ਸੇਵਾ ਅਸੀਂ ਕਰਨੀ ਹੈ, ਦੈਟਸ ਇਟ। ਪਾਰਟੀ ਛੱਡ ਛੱਡ ਕੇ ਜਾ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਨੇ ਬੇਹੱਦ ਇੰਪੋਰਟੈਂਟ ਕਰੂਸ਼ਲ ਟਾਈਮ ਆ ਪਾਰਟੀ ਦੇ ਲਈ ਵੀ, ਕਿਉਂਕਿ ਨਾ ਸਿਰਫ ਪੰਜਾਬ ਦੇ ਵਿੱਚ, ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਦੇਖੋ ਕੋਈ ਨੁਮਾਇੰਦਗੀ ਵਾਲਾ ਤਾਂ ਹੁਣ ਰਿਹਾ ਹੀ ਨਹੀਂ ਹੈ ਲੋਕ ਸਭਾ ਦੇ ਲਈ, ਪਰ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੂੰ ਕਾਫੀ ਜਗ੍ਹਾ ਤੇ ਬਹੁਤ ਮਿਹਨਤ ਵੀ ਕਰਨੀ ਪੈਣੀ, ਬਹੁਤ ਜ਼ੋਰ ਲੱਗ ਰਿਹਾ।
ਜਿਸ ਤਰੀਕੇ ਦੇ ਨਾਲ ਕੈਂਡੀਡੇਟ ਹੁਣ ਛੱਡ ਛੱਡ ਕੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਬੜੀ ਸਾਰੀਆਂ ਗੱਲਾਂ ਆ ਰਹੀਆਂ ਨੇ, ਜਿਵੇਂ ਬੁਟਰੇਲਾ ਨੇ ਕਿਹਾ ਕਿ ਸਾਨੂੰ ਫੰਡ ਨਹੀਂ ਦਿੱਤਾ ਜਾ ਰਿਹਾ ਸੀ ਤੇ ਇਸ ਕਰਕੇ ਮੈਂ ਪਾਰਟੀ ਛੱਡੀ, ਕਿਉਂਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਕੈਂਪੇਨ ਕਰਨਾ, ਹੈ ਨਾ, ਸਾਨੂੰ ਪਾਰਟੀ ਸੁਣ ਨਹੀਂ ਰਹੀ ਸੀ, ਸਾਡੀ ਪਾਰਟੀ ਪ੍ਰਧਾਨ ਨਹੀਂ ਸਾਡੀ ਸੁਣੀ ਜਾ ਰਹੀ ਸੀ। ਪੰਜਾਬ ਦੇ ਵਿੱਚ ਵੀ ਕਈ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਗਏ। ਕੀ ਲੱਗਦਾ ਕਿ ਪਾਰਟੀ ਦੀ ਜਿਹੜੀ ਇੱਕ ਇੱਕ ਸਟਰੈਂਥ ਹੁੰਦੀ ਹੈ ਉਹ ਜਾ ਰਹੀ ਹੈ, ਪਾਰਟੀ ਨੂੰ ਇਸਦਾ ਨੁਕਸਾਨ ਹੋਏਗਾ ਜਾਂ ਪਾਰਟੀ ਮਜ਼ਬੂਤ ਹੋ ਕੇ ਉਭਰੇਗੀ, ਕਿਵੇਂ ਨੂੰ ਤੁਸੀਂ ਪੂਰੇ ਸਿਨਾਰੀਓ ਨੂੰ ਦੇਖਦੇ ਹੋ? ਐਸੀ ਕੋਈ ਗੱਲ ਨਹੀਂ ਹੈ। ਪਹਿਲਾਂ ਮੈਂ ਪੰਜਾਬ ਦੀ ਗੱਲ ਕਰਾਂ ਕਿ ਕੋਈ ਅਕਾਲੀ ਦਲ ਨਹੀਂ, ਹਰ ਪਾਰਟੀ ਦੇ ਵਿੱਚ ਇੱਕ ਦੌਰ ਚੱਲਿਆ ਹੋਇਆ। ਮੈਂ ਮੇਰੀ ਹਰ ਕੋਈ ਆਪਣੇ ਪਰਸਨਲ ਇੰਟਰਸਟ 'ਤੇ ਆ ਗਿਆ, ਜਦਕਿ ਬਾਏ ਫੋਰ ਐਂਡ ਆਫ ਦਾ ਪੀਪਲ ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹੈ। ਉਹ ਮਤਲਬ ਬੜੀ ਬਦਕਿਸਮਤੀ ਹੈ ਕਿ ਜੇ ਇਹੋ ਜਿਹੀ ਵਿਚਾਰਧਾਰਾ ਆਲ ਓਵਰ ਚੱਲ ਰਹੀ ਹੈ ਉਹਦਾ ਕਿਸੇ ਪਾਰਟੀ ਦਾ ਇੱਕ ਦਾ ਨਾਂ ਨਹੀਂ ਲਿਆ ਸਕਦਾ। ਬਟ ਮੈਂ ਜ਼ਰੂਰ ਕਹਾਂਗੀ ਕਿ ਹੁਣ ਮੋੜ ਆ ਰਿਹਾ। ਪੰਜਾਬ ਇੱਕ ਪ੍ਰੋਗਰੈਸਿਵ ਸਟੇਟ ਹੈ, ਬੜੀ ਛੇਤੀ ਐਂਟੀ ਇਨਕੰਬੈਂਸੀ ਫੈਕਟਰ ਇਹਦੇ ਨਾਲ ਇਫੈਕਟ ਕਰਦਾ ਹੈ। ਤੁਸੀਂ ਵੀ ਮੰਨੋਗੇ ਕਿ ਪੰਜਾਬ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਬਹੁਤ ਵੱਡਾ ਵਿਕਾਸ ਹੋਇਆ, ਤੇ ਅੱਜ ਜਦੋਂ ਲੋਕ ਵਿਕਾਸ ਦੇ ਗ੍ਰਾਫ ਨੂੰ ਕੰਪੇਅਰ ਕਰਦੇ ਨੇ ਉਹ ਆਪ ਹੀ ਰਿਅਲਾਈਜ਼ ਕਰ ਰਹੇ ਨੇ ਕਿ ਇੱਕ ਰੀਜਨਲ ਪਾਰਟੀ ਤੋਂ ਬਿਨਾਂ, ਅਕਾਲੀ ਦਲ ਤੋਂ ਬਿਨਾਂ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ, ਔਰ ਮੈਨੂੰ ਇਹਦੇ 'ਚ ਕੋਈ ਕਮੀ ਨਹੀਂ ਆਈ। ਰਹੀ ਗੱਲ ਤੁਸੀਂ ਇਹ ਕੀਤੀ ਹੈ ਚੰਡੀਗੜ੍ਹ ਵਾਲੀ, ਨਿੱਜੀ ਤੌਰ 'ਤੇ ਮੈਂ ਕਿਸੇ ਬਾਰੇ ਕੁਛ ਕਹਿਣਾ ਨਹੀਂ ਚਾਹੁੰਦੀ, ਪਰ ਜੇ ਕੋਈ ਫੰਡਿੰਗ ਦੀ ਗੱਲ ਹੈ, ਪਲੈਨਿੰਗ ਦੀ ਗੱਲ ਹੈ, ਤੇ ਇਹ ਚੀਜ਼ਾਂ ਇਲੈਕਸ਼ਨ 'ਚ ਖੜੇ ਹੋਣ ਤੋਂ ਪਹਿਲਾਂ ਵਿਚਾਰਨ ਦੀਆਂ ਹੁੰਦੀਆਂ ਨੇ। ਇਹ ਤਾਂ ਬਹੁਤ ਹੀ ਇਮੈਚਿਓਰ ਗੱਲ ਹੈਗੀ ਹੈ ਕਿ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਵਿਚਾਰਧਾਰਾ ਕੀ ਹੈ, ਤੁਹਾਨੂੰ ਇਹ ਨਾ ਪਤਾ ਹੋਵੇ ਮੇਰਾ ਏਜੰਡਾ ਕੀ ਹੈ, ਤੁਹਾਨੂੰ ਇਹ ਨਾ ਪਤਾ ਹੋਵੇ ਕਿ ਮੇਰਾ ਮੈਂ ਅਚੀਵ ਕੀ ਕਰਨਾ, ਤੇ ਤੁਸੀਂ ਦੂਜੀ ਥਾਂ 'ਤੇ ਜਾ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਉੱਥੇ ਕਿਸ ਲਈ ਜਾ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂ ਹੈ। ਮਤਲਬ ਫਿਰ ਮੈਂ ਕੀ ਕਹਾਂਗੀ ਕਿ ਅੱਜ ਦਾ ਸਾਰੇ ਛੋਟੇ ਛੋਟੇ ਲਾਲਚਾਂ ਨੂੰ ਲੈ ਕੇ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਤੁਹਾਡੀ ਆਪਣੀ ਪਰਸਨੈਲਿਟੀ ਦਾ ਲੰਬੇ ਸਮੇਂ ਵਿੱਚ ਬਹੁਤ ਵੱਡਾ ਨੁਕਸਾਨ ਹੁੰਦਾ, ਇਹ ਮੈਂ ਸੋਚਦੀ ਹਾਂ। ਮੈਂ ਜਦੋਂ ਬਹੁਤ ਵੱਡੇ ਅਹੁਦਿਆਂ 'ਤੇ ਰਹੀ ਹਾਂ, ਐਸਾ ਨਹੀਂ ਕਿ ਮੈਨੂੰ ਆਫਰਸ ਨਹੀਂ ਮਿਲੀਆਂ, ਮੈਨੂੰ ਬਹੁਤ ਬਹੁਤ ਵੱਡੀਆਂ ਆਫਰਸ ਮਿਲੀਆਂ। ਮੈਨੂੰ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ 'ਚ ਜੋ ਮੈਕਸੀਮਮ ਅਚੀਵ ਹੋ ਸਕਦਾ ਮੈਂ ਚੰਡੀਗੜ੍ਹ 'ਚ ਕਰ ਚੁੱਕੀ ਹਾਂ, ਅਤੇ ਮੈਂ ਇੰਨਾ ਜ਼ਿਆਦਾ ਐਕਸਪੀਰੀਅੰਸ ਹੋ ਗਈ ਹਾਂ, ਮੈਨੂੰ ਨੈਸ਼ਨਲ ਪਾਰਟੀਜ਼ ਦੀਆਂ ਆਫਰਸ ਵੀ ਆਈਆਂ ਨੇ। ਪਰ ਮੈਨੂੰ ਇਹ ਗੱਲ ਹੀ ਨਹੀਂ ਕਦੀ ਸਮਝ ਆਈ ਵੀ ਅੱਜ ਤੁਸੀਂ ਇੱਕ ਵਿਚਾਰਧਾਰਾ ਨਾਲ ਜੁੜੇ ਹੋ, ਤੁਸੀਂ ਇਹਨੂੰ ਛੱਡ ਕੇ ਦੂਜੇ ਨੂੰ ਕਿੱਦਾਂ ਬਣਾ ਸਕਦੇ ਹੋ, ਦੂਜੇ ਦੀ ਗੱਲ ਕਿਵੇਂ ਕਰ ਸਕਦੇ ਹੋ, ਤੁਹਾਡੀ ਆਪਣੀ ਜ਼ਮੀਰ ਨੂੰ ਤੁਸੀਂ ਕੀ ਜਵਾਬ ਦਿੰਦੇ ਹੋ? ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ, ਔਰ ਮੈਨੂੰ ਲੱਗਿਆ ਕਿ ਨਹੀਂ, ਸੇਵਾ ਕਰਨ ਲਈ ਤਾਂ ਐਨੀ ਪਲੇਸ ਇਜ਼ ਓਕੇ, ਔਰ ਇਸ ਲਈ ਮੈਂ ਜ਼ਿੰਦਗੀ 'ਚ ਹਮੇਸ਼ਾ ਕਦੀ ਇਹ ਜਿਹੇ ਫੈਸਲੇ ਕੀਤੇ ਹੀ ਨਹੀਂ ਹੈ, ਕਿਸੇ ਆਫਰ ਨੂੰ ਕਦੀ ਕੁਛ ਸਮਝਿਆ ਹੀ ਨਹੀਂ ਹੈ, ਕਿਉਂਕਿ ਕੁਛ ਕਿਸੇ ਮਟੀਰੀਅਲ ਨੂੰ ਪ੍ਰਾਪਤ ਕਰਨਾ ਜੀਵਨ ਦਾ ਉਦੇਸ਼ ਨਹੀਂ ਰਿਹਾ। ਔਰ ਇਮੈਜਿਨ ਕਰੋ ਇੰਨੇ ਲੋਕ ਤੁਹਾਨੂੰ ਆਪਣੀ ਵੋਟ, ਸਪੋਰਟ ਅਤੇ ਆਪਣੀਆਂ ਦੁਆਵਾਂ ਦਿੰਦੇ ਨੇ, ਉਹ ਦੁਆਵਾਂ ਤੁਹਾਡੇ ਸਿਰ 'ਤੇ ਕਰਜ਼ਾ ਹੁੰਦੀਆਂ ਨੇ, ਔਰ ਮੈਂ ਤਾਂ ਉਹਨਾਂ ਉਸ ਕਰਜ਼ੇ ਦੀ ਬੱਝੀ ਹੋਈ ਹਾਂ, ਔਰ ਮੈਂ ਜਦੋਂ ਵੀ ਕੋਈ ਜ਼ਿੰਦਗੀ 'ਚ ਫੈਸਲਾ ਲੈਣਾ ਹੋਵੇ ਮੇਰਾ ਇਹ ਹੁੰਦਾ ਕਿ ਮੈਂ ਤਾਂ ਮਾਸਿਸ ਵਿੱਚ ਗੱਲ ਕਰਕੇ ਕਰਦੀ ਹਾਂ। ਮਤਲਬ ਇਹ ਇੱਕ ਛੋਟੀ ਗੱਲ ਹੈ, ਉਹਨਾਂ ਦੇ ਨਾਲ ਕੋਈ ਨਹੀਂ ਗਿਆ, ਉਹਨਾਂ ਦੇ ਨਾਲ ਕੋਈ ਨਹੀਂ ਹੈਗਾ, ਔਰ ਮੈਂ ਬਿਲਕੁਲ ਕਹੂੰਗੀ ਕਿ ਉਹਨਾਂ ਨੇ ਆਪਣਾ ਨਿੱਜੀ ਨੁਕਸਾਨ ਕੀਤਾ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਪਾਰਟੀ ਦਾ ਕੋਈ ਨੁਕਸਾਨ ਨਹੀਂ, ਇੱਦਾਂ ਹੁੰਦਾ ਕਿਹੜੇ ਨੂੰ ਚੱਲਾਂ। ਰਵੀ ਗਰਨ ਸਿੰਘ ਕਾਲੋ ਦੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਕਿ ਪਾਰਟੀ ਛੱਡ ਛੱਡ ਕੇ ਜਾ ਰਹੇ ਨੇ, ਪਾਰਟੀ ਵੱਲੋਂ ਐਕਸ਼ਨ ਵੀ ਲਏ ਜਾ ਰਹੇ ਨੇ ਕਈ ਆਗੂਆਂ ਤੋਂ ਲਿੱਤੇ, ਹੁਣ ਪਾਰਟੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ, ਹੁਣ ਪਾਰਟੀ ਤੋਂ ਰਵੀ ਗਰਨ ਸਿੰਘ ਕਾਲੋ ਨੂੰ ਵੀ ਕੱਢ ਦਿੱਤਾ ਗਿਆ, ਐਕਸਪੈਲ ਕੀਤਾ ਗਿਆ, ਅਤੇ ਇਹ ਕਿਹਾ ਗਿਆ ਕਿ ਸਬੋਟੇਜ ਕੀਤਾ ਗਿਆ ਪਾਰਟੀ ਨੂੰ, ਫਿਰ 'ਚ ਛੁਰਾ ਮਾਰਿਆ ਗਿਆ, ਅਤੇ ਨਾਲ ਅਨੁਸ਼ਾਸਨਹੀਨਤਾ, ਖਾਸ ਕਰਕੇ ਜੋ ਇੱਕ ਪੋਸਟ ਪਾ ਕੇ ਦੱਸਿਆ ਗਿਆ ਕਿ ਇਸ ਕਰਕੇ ਇਹ ਕਾਰਨ ਰਿਹਾ ਜੋ ਪਾਰਟੀ ਤੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਮੈਨੂੰ ਇਸ ਇਸ਼ੂ ਦੇ ਬਾਰੇ ਨਹੀਂ ਪਤਾ, ਮੈਂ ਕੁਛ ਜ਼ਿਆਦਾ ਨਹੀਂ ਕਹਿਣਾ ਚਾਹਾਂਗੀ, ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਸਾਰੇ ਕਾਡਰ ਨਾਲ ਨਹੀਂ ਜੁੜ ਰਹੇ ਹਾਂ। ਸਾਨੂੰ ਸਾਰੀਆਂ ਪਾਰਟੀਆਂ 'ਚ ਇਸ ਗੱਲ ਦੀ ਬਹੁਤ ਵੱਡੀ ਲੋੜ ਹੈ ਅੱਜ ਦਾ ਦਿਨ ਕਿ ਅਸੀਂ ਆਪਣੀ ਵਿਚਾਰਧਾਰਾ ਨੂੰ ਅੱਗੇ ਰੱਖੀਏ, ਅਤੇ ਇੱਕ ਟ੍ਰੇਨਿੰਗ ਹੋਵੇ ਸਭ ਦੀ। ਮਤਲਬ ਰਾਜਨੀਤੀ ਕੋਈ ਤਮਾਸ਼ਾ ਨਹੀਂ ਹੈ ਕਿ ਕੋਈ ਆਪਣਾ ਸੀਨੀਅਰ ਪੋਸਟਾਂ ਛੱਡ ਕੇ ਕਹਿੰਦਾ ਇਹ ਜੁਆਇਨ ਕਰ ਰਿਹਾ,
ਔਰ ਜੁਆਇਨ ਕਰਨ ਤੋਂ ਪਹਿਲਾਂ ਕੋਈ ਆਪਣਾ ਏਜੰਡਾ ਡਿਕਲੇਅਰ ਨਹੀਂ ਕਰਦਾ, ਕੋਈ ਪੰਜਾਬ ਦੇ ਵੱਡੇ ਮੁੱਦਿਆਂ ਦੀ ਗੱਲ ਨਹੀਂ ਕਰਦਾ, ਕੋਈ ਪੰਜਾਬ ਦੀ ਨੌਜਵਾਨੀ ਦੀ ਨਹੀਂ ਗੱਲ ਕਰ ਰਿਹਾ, ਮਿੱਟੀ ਦੀ ਗੱਲ ਨਹੀਂ ਕਰ ਰਿਹਾ, ਪਾਣੀਆਂ ਦੀ ਗੱਲ ਨਹੀਂ ਕਰ ਰਿਹਾ, ਵਿਕਾਸ ਦੀ ਗੱਲ ਨਹੀਂ ਕਰ ਰਿਹਾ, ਸਭ ਮੈਂ ਕਰ ਰਹੇ ਨੇ। ਇਹ ਤਾਂ ਮੈਂ ਸਮਝਦੀ ਹਾਂ ਕਿ ਲੋਕਤੰਤਰ ਦੀ ਬਹੁਤ ਨਿਗਾਰ ਹੋ ਰਿਹਾ, ਔਰ ਇਸ ਸਥਿਤੀ ਦੇ ਲਈ ਅਸੀਂ ਤੇ ਆਪ ਵੀ ਭਵਿੱਖ ਵਿੱਚ ਇਹਦੇ ਲਈ ਇੱਕ ਮੁਹਿੰਮ ਚਲਾਵਾਂਗੇ ਕਿ ਲੋਕਤੰਤਰ ਕੈਸਾ ਚਾਹੀਦਾ, ਕਿਉਂਕਿ ਅੰਤ ਨੂੰ ਪੰਜਾਬ ਸਾਡੀ ਧਰਤੀ ਹੈ, ਜਨਮ ਭੂਮੀ ਹੈ, ਸੰਸਾਰ ਦੇ ਲੋਕ ਇਹਦੇ ਵੱਲ ਝੁੱਕ ਕੇ ਵੇਖਦੇ ਨੇ, ਤੇ ਜੇ ਸਾਡੇ ਕਿਰਦਾਰ 'ਚ ਇੰਨੀ ਗਿਰਾਵਟ ਆ ਗਈ ਤੇ ਇਹ ਤੇ ਸੰਸਾਰ ਪੱਧਰ ਤੇ ਸਹੁੰ ਖਾਣ ਵਾਲਾ ਕਿਰਦਾਰ ਹੈਗਾ। ਸਾਨੂੰ ਇਹ ਇਹੋ ਜਿਹੀ ਕੋਈ ਗੱਲ ਸ਼ੋਭਦੀ ਨਹੀਂ, ਜੇ ਕਿਤੇ ਕੋਈ ਗੱਲ ਵੀ ਹੋਈ ਹੈ ਤੇ ਸਾਨੂੰ ਅੰਦਰ ਬੈਠ ਕੇ ਹੀ, ਮੈਂ ਕਹਿੰਦੀ ਗਲਤੀ ਮੰਨਣ 'ਚ ਵੀ ਕੋਈ ਇਤਰਾਜ਼ ਨਹੀਂ ਹੁੰਦਾ, ਜੇ ਗਲਤੀ ਕੀਤੀ ਹੋਵੇ ਮੰਨ ਲੈਣੀ ਚਾਹੀਦੀ ਹੈ, ਔਰ ਇੱਕ ਡਾਇਲੋਗ ਜਿਹੜਾ ਬੜਾ ਇੰਪੋਰਟੈਂਟ ਹੁੰਦਾ ਉਹ ਮਿਸ ਹੋ ਰਿਹਾ, ਜਿਹੜਾ ਉਹ ਬੜਾ ਅਨਫੋਰਚੁਨੇਟ ਹੈ। ਆਖਰੀ ਸਵਾਲ ਮੈਂ ਕਰੂੰਗੀ, ਕਿਉਂਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਰਾਜਧਾਨੀ ਤੋਂ ਤਾਂ ਕੋਈ ਕੈਂਡੀਡੇਟ ਹੈ ਨਹੀਂ, ਤੇ ਜਿਹੜੇ ਹੁਣ ਅਕਾਲੀ ਦਲ ਦੇ ਵਰਕਰ ਰਹਿ ਗਏ ਨੇ, ਜਿਵੇਂ ਹੋਰ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ, ਕੀ ਤੁਸੀਂ ਕਿਸ ਪਾਰਟੀ ਨੂੰ ਸਪੋਰਟ ਕਰੋਗੇ? ਤੁਹਾਨੂੰ ਲੱਗਦਾ ਕਿ ਇਹਦੇ ਲਈ ਅਸੀਂ 100% ਜੋ ਪਾਰਟੀ ਦੀ ਡਾਇਰੈਕਸ਼ਨ ਆਏਗੀ ਉਹਦੇ ਵੱਲ ਹੀ ਦੇਖਾਂਗੇ, ਪਰ ਕੋਈ ਐਸੀ ਵੱਡੀ ਗੱਲ ਨਹੀਂ। ਇਸ ਤੋਂ ਪਹਿਲਾਂ ਵੀ ਅਸੀਂ ਕਦੀ MP ਦਾ ਇਲੈਕਸ਼ਨ ਇੱਥੇ ਲੜਿਆ ਨਹੀਂ ਹੈ, ਕਾਰਪੋਰੇਸ਼ਨ 'ਚ ਵੀ ਸਾਡੀਆਂ ਥੋੜ੍ਹੀਆਂ ਸੀਟਾਂ ਹੁੰਦੀਆਂ, ਅਸੀਂ ਕਦੀ ਐਸਾ ਵੱਡਾ ਪੂਰਾ ਦਾਅਵਾ ਨਹੀਂ ਕੀਤਾ ਸੀ। ਪਰ ਜੇ ਅਸੀਂ ਬਹੁਤ ਪਹਿਲਾਂ ਤੋਂ ਪਲਾਨ ਕਰਨ ਲੱਗਦੇ, ਜੇ ਕੋਈ ਐਸੀ ਸਥਿਤੀ ਹੁੰਦੀ ਤੇ ਮੇ ਵੀ ਅਸੀਂ ਇੱਕ ਵੱਡੀ ਧਿਰ ਵੀ ਹੋ ਸਕਦੇ ਸੀ, ਕੋਈ ਐਸੀ ਗੱਲ ਨਹੀਂ ਹੈ। ਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੈਂ ਇੱਕ ਵੱਡੀ ਧਿਰ ਹਾਂ, ਮੈਂ ਕਹਿ ਸਕਦੀ ਹਾਂ ਚੰਡੀਗੜ੍ਹ ਦੀ ਪੂਰੀ ਸਿੱਖ ਸੰਗਤ ਦਾ ਪਿਆਰ ਵਿਸ਼ਵਾਸ ਮੇਰੇ ਉੱਪਰ ਹੈ, ਔਰ ਮੈਂ 100% ਉਹਨਾਂ ਦੇ ਭਰੋਸੇ ਤੇ ਖਰੀ ਉਤਰਾਂਗੀ। ਮੇਰਾ ਉਹਨਾਂ ਨਾਲ ਵਾਅਦਾ ਹੈ, ਉਹਨਾਂ ਦਾ ਹੁਕਮ ਮੇਰੇ ਤੇ ਚੱਲਦਾ ਹੈ। ਮੈਂ ਕਿਸੇ ਦੀ ਬੇਟੀ ਹਾਂ, ਕਿਸੇ ਦੀ ਮਾਂ, ਕਿਸੇ ਦੀ ਭੈਣ ਹਾਂ, ਔਰ ਉਹ ਰਿਸ਼ਤਾ ਜਿਹੜਾ ਸੰਗਤ ਵਾਲਾ ਉਵੇਂ ਹੀ ਚੱਲਣਾ। ਅਸੀਂ ਗੁਰੂ ਦੇ ਬੱਚੇ ਹੋ ਕੇ ਪੰਥ ਦੀ ਸੇਵਾ ਚ ਰਲ ਕੇ ਚੱਲਾਂਗੇ, ਹੈ ਨਾ। ਡਾਇਰੈਕਸ਼ਨ ਵੀ ਆਏਗੀ, ਅਸੀਂ ਉਸ ਹਿਸਾਬ ਨਾਲ ਆਪਣੇ ਡਿਸਿਪਲਿਨ ਦੇ ਵਿੱਚ ਆਪਣਾ ਕਰਾਂਗੇ। ਇੱਕ ਗੱਲ ਮੈਂ ਸਪਸ਼ਟ ਕਰਨੀ ਹੈ, ਕਿਤੇ ਕਿਤੇ ਤੁਹਾਡੀ ਨਿੱਜੀ ਰਿਲੇਸ਼ਨਸ਼ਿਪ ਹੁੰਦੀ ਹੈ, ਉਹ ਕਿਸੇ ਪਾਰਟੀ 'ਚ ਵੀ ਹੁੰਦੀ ਹੈ, ਉਹ ਕੋਈ ਗੁਨਾਹ ਨਹੀਂ ਹੁੰਦਾ। ਕਿਸੇ ਨੂੰ ਪਾਰਕ 'ਚ ਮਿਲ ਲੈਣਾ, ਕਿਤੇ ਬੈਠੇ ਮਿਲਣਾ, ਕੋਈ ਗੁਰਦੁਆਰੇ 'ਚ ਮਿਲ ਗਿਆ ਉਹਦਾ ਹਾਲ ਚਾਲ ਪੁੱਛਣਾ, ਉਹਨੂੰ ਗੁੱਡ ਵਿਸ਼ਿਸ ਦੇਣਾ, ਇਹ ਇੱਕ ਗੁੱਡਵਿਲ ਜੈਸਚਰ ਹੁੰਦਾ ਹੈ। ਪਾਰਟੀ ਡਿਸਿਪਲਿਨ ਭੰਗ ਉਦੋਂ ਹੁੰਦਾ ਜੋ ਤੁਸੀਂ ਕਿਸੇ ਦੀ ਸਟੇਜ 'ਤੇ ਚੜ੍ਹਦੇ ਹੋ ਜਾਂ ਸ਼ਰੇਆਮ ਪਬਲਿਕਲੀ ਮੀਡੀਆ ਵਿੱਚ ਕਿਸੇ ਦੀ ਪਾਰਟੀ ਦੇ ਨਾਂ 'ਤੇ ਕਿਸੇ ਦੂਸਰੇ ਦੇ ਖਿਲਾਫ਼ ਪ੍ਰਚਾਰ ਕਰਦੇ ਹੋ। ਪਰ ਮੈਨੂੰ ਲੱਗਦਾ ਕਿ ਇੱਕ ਮਿਨੀਮਮ ਜਿਹੜਾ ਡਿਸਿਪਲਿਨ ਹੁੰਦਾ ਉਹ ਹਰ ਇੱਕ ਨੂੰ ਪਤਾ ਹੁੰਦਾ ਅਤੇ ਹੋਣਾ ਚਾਹੀਦਾ ਵੀ ਹੈ। ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਮੈਂ ਇਸ ਗੱਲ ਲਈ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਇੱਕ ਮੌਕੇ ਨੇ, ਇੱਕ ਛੋਟੀ ਜਿਹੀ ਗਲਤ ਫਹਿਮੀ ਨੇ ਇਹ ਅਹਿਸਾਸ ਜ਼ਰੂਰ ਕਰਾਇਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਅਤੇ ਥੱਲੇ ਆਮ ਜਿਹੜੇ ਹੈ ਸਾਡੇ ਰੱਬ ਵਰਗੇ ਵੋਟਰ ਸਪੋਰਟਰ ਹੈ ਉਹਨਾਂ ਦਾ ਬਹੁਤ ਵੱਡਾ ਸਾਥ ਅਤੇ ਪਿਆਰ ਸਾਡੇ ਨਾਲ ਹੈ, ਔਰ ਅਸੀਂ ਗੁਰੂ ਕੋਲੋਂ ਇਹੀ ਮੰਗਿਆ, ਇਹ ਪਿਆਰ ਇਵੇਂ ਚੱਲੇਗਾ ਅਤੇ ਸੇਵਾ ਸਰਬੱਤ ਦੇ ਭਲੇ ਨੂੰ ਸਮਰਥ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੁਬੀਬੀ ਹਰਜਿੰਦਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਸਨ, ਤੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਲੋਕਾਂ ਦਾ ਪਿਆਰ ਉਹਨਾਂ ਦੇ ਨਾਲ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਉਹ ਕੰਮ ਕਰਦੇ ਰਹਿਣਗੇ, ਜੋ ਸੇਵਾ ਉਹਨਾਂ ਨੂੰ ਮਿਲੇ ਉਹ ਹਮੇਸ਼ਾ ਹੀ ਕਰਦੇ ਰਹਿਣਗੇ, ਕਿਉਂਕਿ ਜੋ ਫੈਸਲਾ ਅੱਜ ਅਕਾਲੀ ਦਲ ਦੇ ਵੱਲੋਂ ਵਾਪਸ ਲਿਆ ਗਿਆ ਉਸ ਵਿੱਚ ਨਾ ਸਿਰਫ ਹਾਈ ਕਮਾਨ ਬਲਕਿ ਜੋ ਲੋਕਾਂ ਦਾ ਉਹਨਾਂ ਨੂੰ ਸਾਥ ਮਿਲਿਆ ਉਸ ਲਈ ਵੀ ਉਹ ਬੇਹੱਦ ਸ਼ੁਕਰਗੁਜ਼ਾਰ ਨੇ। ਕੈਮਰਾਮੈਨ ਰੋਹਿਤ ਦੇ ਨਾਲ ਯੋਗਿਤਾ, ਸਟਾਲ ਪੰਜਾਬ, ਚੰਡੀਗੜ੍ਹ।